हाय दोस्तों, की हाल चाल है। अज का अपना टॉपिक है FIR। FIR जो भी कोई दर्ज करवानी है तो मदई नूं की गल्लां दा ध्यान रखना चाहिए। FIR दर्ज करवाने लगे सब तो इंपॉर्टेंट काम है कि FIR का मतलब की है। सैक्शन 154 सेज फस्ट इनफॉर्मेशन रिपोर्ट। टैक्निकली पुराने जमाने में यह मनिया जाता है कि जो बंदा कोई किसी भी तकलीफ तो ग्रस्त हुंदा सी दौड़िया भज्जा जांदा सी, जांदिया सार जो मूँह बोलता सी थाने च बैठा ड्यूटी अफसर या मुंशी फटाफट उहदियां गल्लां लिखदा सी। उन्हां गल्लां विचों फिर इनग्रीडियंट कढ के फिर अगो एविडेंस इकट्ठी करनी और बाकी काम पुलिस करदी सी। उहनूं कहा जांदा सी फस्ट इनफॉर्मेशन रिपोर्ट। पर हुण आपां टैक्निकल युग च चल रहे हैं, साडे कोल वीडियो रिकॉर्डिंग जां ऑडियो रिकॉर्डिंग जां होर बड़ा मटीरियल साडे कोल, इस करके एविडेंस जिहड़ी टैक्निकल हो चुकी है ते मदई नूं जदों वी कंप्लेंट दर्ज करावे ਉਹ ਪ੍ਰੋਪਰ ਤਰੀਕੇ ਨਾਲ ਆਪਣੇ ਸ਼ਬਦਾਂ ਦਾ ਧਿਆਨ ਰੱਖੇ। ਐਵੀਡੈਂਸ ਉਹਦੇ ਕੋਲ ਪੂਰਾ ਹੋਣਾ ਚਾਹੀਦਾ ਔਰ SHO ਜਾਂ ਜਿਹੜਾ ਵੀ IO ਉਹਦੇ 'ਤੇ ਕਾਰਵਾਈ ਕਰ ਰਿਹਾ ਉਹਦੇ ਨਾਲ ਉਹ ਤਾਲਮੇਲ ਬਣਾ ਕੇ ਰੱਖੇ, ਕੋਂਟੈਕਟ ਕਰਕੇ ਰੱਖੇ ਔਰ ਅੰਦਰਲੀ ਗੱਲ ਦੱਸਣ ਲੱਗਾ ਵਿਜੀਲੈਂਟ ਰਹੇ, ਕਿਉਂਕਿ ਹਮੇਸ਼ਾ ਮੁਲਜ਼ਮ ਪੈਸੇ ਖਰਚ ਦਿੰਦਾ, ਉਹ ਜਾ ਕੇ ਖਰੀਦ ਲੈਂਦਾ ਕਈ ਲੋਕਾਂ ਦਾ ਜ਼ਮੀਰ, ਜਿਹਦੇ ਕਰਕੇ ਕਦੀ ਵੀ ਰਿਲੀਫ ਮਿਲਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਪਰ ਜਦੋਂ ਮਦਈ ਅਲਰਟ ਰਹੇਗਾ SHO ਜਾਂ IO ਤੋਂ ਬਾਅਦ ਕੌਣ ਹੈ ਵੱਡਾ ਅਫਸਰ, ਉਸ ਤੋਂ ਵੱਡਾ ਅਫਸਰ ਕੌਣ ਹੈ, ਔਰ ਜ਼ਿਆਦਾਤਰ ਜਿਹੜੀ ਕਮਿਊਨੀਕੇਸ਼ਨ ਕਰੇ ਉਹ ਰਜਿਸਟਰਡ ਕਰੇ, ਚਾਹੇ ਈਮੇਲ ਕਰੇ, ਚਾਹੇ ਰਜਿਸਟਰਡ ਪੋਸਟ ਭੇਜੇ ਅਤੇ ਚਾਹੇ ਉਹ ਕਿਸੇ ਵੀ ਐਸੇ ਮਾਧਿਅਮ ਥਰੂ ਜਿਹਦੇ 'ਚ ਰਿਕਾਰਡਿੰਗ ਹੋ ਸਕੇ, ਕੰਟੈਂਟ 'ਤੇ ਧਿਆਨ ਦੇਵੇ, ਐਵੀਡੈਂਸ 'ਤੇ ਧਿਆਨ ਦੇਵੇ ਔਰ ਟਾਈਮ ਟੂ ਟਾਈਮ RTI 'ਚ ਵੀ ਉਹ ਸੂਚਨਾ ਲੈ ਸਕਦਾ ਹੈ ਪਰਟੀਕੁਲਰ ਟੌਪਿਕ ਦੀ ਜਾਂ ਗੱਲਾਂ ਦੀ ਵੀ ਕੀ ਹੋ ਰਿਹਾ, ਕਿੱਥੇ ਪਹੁੰਚਿਆ, ਕਿਵੇਂ ਹੋ ਰਿਹਾ। ਔਰ ਇਹਦੇ ਵਿੱਚ ਮੈਂ ਸਮਅਪ ਜੇ ਕਰਾਂ, ਜੇ ਤੁਹਾਡੇ ਕੋਲ ਮਟੀਰੀਅਲ ਐਵੀਡੈਂਸ ਅਵੇਲੇਬਲ ਹੈ ਤਾਂ ਲੋਅਰ ਕੋਰਟ ਵਿੱਚ ਸੈਕਸ਼ਨ 156(3) 'ਚ ਮਜਿਸਟਰੇਟ ਸਰ ਕੋਲ ਪਾਵਰਸ ਹੁੰਦੀਆਂ ਨੇ ਵੀ ਉਹ ਤੁਹਾਡੀ FIR ਨੂੰ ਮੋਨੀਟਰ ਕਰ ਸਕਣ, FIR ਦੇ ਪ੍ਰੋਸੈਸ ਨੂੰ ਮੋਨੀਟਰ ਕਰ ਸਕਣ, ਇਨਵੈਸਟੀਗੇਸ਼ਨ 'ਚ ਉਹ ਨਹੀਂ ਇੰਟਰਫੇਅਰ ਕਰ ਸਕਦੇ ਬਟ ਕੇਸ ਜਾਰੀ ਮੰਗਾ ਸਕਣ ਅਤੇ ਉਹਦੇ ਸਾਰੀ ਆਈਟਨਰੀ ਲੈ ਸਕਣ ਕਿ ਕਿੱਦਣ ਕਿੱਦਣ ਕਿਹੜਾ ਪੁਲਿਸ ਵਾਲਾ ਕੀ ਕੰਮ ਕਰੇਗਾ। ਦੂਜੀ ਪਾਵਰ ਜਿਹੜੀ ਹੈ ਮੰਨ ਲਓ ਹਾਈਕੋਰਟ ਕੋਲ ਹੈ, ਸੈਕਸ਼ਨ 482 ਵਿੱਚ ਇਨਹੈਰੈਂਟ ਪਾਵਰਸ ਵਿੱਚ ਉਹ ਡਾਇਰੈਕਸ਼ਨਸ ਦੇ ਸਕਦੇ ਨੇ ਕੰਸਰਨਡ ਇਨਵੈਸਟੀਗੇਸ਼ਨ ਅਫਸਰ ਨੂੰ। ਔਰ ਇੱਕ ਹੋਰ ਗੱਲ ਬੜੀ ਮਜ਼ੇਦਾਰ ਦੱਸਦਾ, ਜੇ ਤੁਹਾਨੂੰ ਲੱਗਿਆ ਕਿ ਪੁਲਿਸ ਵਾਲੇ ਨੇ ਤੁਹਾਡੇ ਨਾਲ ਧੱਕਾ ਕੀਤਾ ਪਰ ਪੁਲਿਸ ਨੇ ਗਲਤ ਤਰੀਕੇ ਨਾਲ ਇਹਨੂੰ ਕਲੋਜ਼ ਕੀਤਾ ਬਿਨਾਂ FIR ਦਰਜ ਕੀਤਿਆਂ, ਅਤੇ ਪੁਲਿਸ ਵਾਲੇ ਦੇ ਖਿਲਾਫ਼ ਵੀ ਜੇ ਤੁਹਾਡੇ ਕੋਲ ਮਟੀਰੀਅਲ ਐਵੀਡੈਂਸ ਹੈ ਸੈਕਸ਼ਨ 217, 218, 188, 168 ਕਈ ਸਾਰੇ ਸੈਕਸ਼ਨ ਨੇ ਜਿਹਦੇ 'ਚ ਉਸ ਪੁਲਿਸ ਵਾਲੇ ਦੇ ਖਿਲਾਫ਼ ਵੀ FIR ਦਰਜ ਕੀਤੀ ਜਾ ਸਕਦੀ ਹੈ ਔਰ ਅਸੀਂ ਉਹਦੇ ਖਿਲਾਫ਼ ਲੀਗਲ ਨੋਟਿਸ ਦੇ ਕੇ ਉਹਨੂੰ ਪਾਰਟੀ ਬਣਾ ਸਕਦੇ ਹਾਂ ਆਪਣੇ ਕੋਰਟਾਂ 'ਚ। ਅਲਰਟ ਰਹੋ, ਵਿਜੀਲੈਂਟ ਰਹੋ, ਸਤਰਕ ਰਹੋ, ਤਾਂ ਹੀ ਤੁਹਾਨੂੰ ਹੱਕ ਖੋਣਾ ਪੈਣਾ, ਮਿਲਣਾ ਨਹੀਂ ਅੱਜ ਦੇ ਯੁੱਗ 'ਚ। ਓਕੇ ਜੀ, ਧੰਨਵਾਦ।